हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਬਿਆਰਪਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਜਵਾਰ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਦੇ ਪਏ ਉਹਦੇ ਅੰਤਰਗਤ ਬੇਟਾ ਗਣਿਤ ਦੀ ਤਿਆਰੀ ਵੀ ਰੈਗੂਲਰ ਆਪਣੀ ਚੱਲਦੀ ਪਈ ਹੈ ਤੇ ਉਹਦੇ ਵਿੱਚ ਬੇਟਾ ਆਪਾਂ ਪ੍ਰੈਕਟਿਸ ਸੈਟ ਜਿਹੜਾ ਹੈਗਾ ਹੈ ਲਗਉਤਮ ਸਮਾਵਰਤਕ ਤੇ ਮਾ ਹੱਤਮ ਸਮਾਵਰਤਕ ਦੇ ਪ੍ਰੈਕਟਿਸ ਸੈਟ ਇੱਕ ਦੇ ਉੱਤੇ ਪਹੁੰਚੇ ਹੋਏ ਹਾਂ ਤਾਂ ਉਹਦੇ ਵਿੱਚ 21 ਸਵਾਲ ਕਰ ਲਏ ਹੁਣ ਆਪਾਂ ਬੇਟਾ 22 ਨੰਬਰ ਸਵਾਲ ਕਰਨ ਲੱਗੇ ਹਾਂ ਤਾਂ ਧਿਆਨ ਦੇ ਨਾਲ ਦੇਖੋ 22 ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਉਹ ਛੋਟੀ ਤੋਂ ਛੋਟੀ ਸੰਖਿਆ ਦੱਸੋ ਜਿਸ ਨੂੰ 9 12 16 ਤੇ 20 ਨਾਲ ਵੰਡਣ ਤੇ ਹਰ ਵਾਰ ਤਿੰਨ ਬਾਕੀ ਬਚਦਾ ਹੋਵੇ ਤਾਂ ਬੇਟਾ ਧਿਆਨ ਨਾਲ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ ਵੀ ਤਿੰਨ ਬਾਕੀ ਉਦੋਂ ਹੀ ਬਚੂਗਾ ਜੇ ਆਪਾਂ ਇਹਦਾ ਲਘੂਤਮ ਕੱਢ ਕੇ ਉਹਦੇ ਵਿੱਚ ਤਿੰਨ ਜੋੜ ਦਵਾਂਗੇ ਠੀਕ ਹੈ ਜਦੋਂ ਸਵਾਲ ਨੂੰ ਪਹਿਲਾਂ ਸਮਝਣਾ ਆਪਾਂ ਵੀ ਪੁੱਛਦਾ ਕੀ ਪਿਆ ਹੈ ਉਹ ਛੋਟੀ ਤੋਂ ਛੋਟੀ ਸੰਖਿਆ ਤੋਂ ਅੰਦਾਜ਼ਨ ਦੱਸ ਦਿੱਤਾ ਜਦੋਂ ਛੋਟੀ ਤੋਂ ਛੋਟੀ ਟਰਮ ਟਰਮ ਹੁੰਦਾ ਤਾਂ ਲਘੂਤਮ ਦਾ ਸਵਾਲ ਹੁੰਦਾ ਹੈ ਜਿਸ ਨੂੰ 9 12 16 ਤੇ 20 ਨਾਲ ਵੰਡਣ ਤੇ ਹਰ ਵਾਰ ਤਿੰਨ ਬਾਕੀ ਬਚਦਾ ਵੇ ਇਹਦਾ ਮਤਲਬ ਇਹਦਾ ਲਘੂਤਮ ਕੱਢ ਕੇ ਤੇ ਤਿੰਨ ਵਿੱਚ ਜੋੜ ਦੇਣੀ ਹੈ ਠੀਕ ਹੈ ਬੇਟਾ ਤਾਂ ਆਪਾਂ ਲਘੂਤਮ ਕੱਢਦੇ ਹਾਂ 9 12 16 ਤੇ 20 ਲੋ ਬੇਟਾ ਆਪਾਂ ਇਹਦਾ ਲਘੂਤਮ ਕੱਢਦੇ ਹਾਂ ਤਬ ਤੋਂ ਪਹਿਲਾਂ ਛੋਟੇ ਤੋਂ ਛੋਟੇ ਪਾੜੇ ਤੇ ਦੋ ਤੇ 9 2 6 12 2 8 16 2 ਦਾ 20 ਠੀਕ ਹੈ ਫਿਰ ਇਹ ਦੋ ਤੇ ਜਾਊਗਾ ਬੇਟਾ 9 ਦੇ 9 2 3 6 2 4 8 2 5 10 ਫਿਰ ਬੇਟਾ ਇਹ ਦੋ ਤੇ ਹੁਣ ਨਹੀਂ ਜਾਂਦਾ ਹੁਣ ਇਹ ਬੇਟਾ ਤਿੰਨ ਤੇ ਜਾਊਗਾ 3 3 9 3 1 3 4 ਦੇ 4 ਤੇ 5 ਦੇ 5 ਆ ਬੇਟਾ ਆ ਗਿਆ ਇਹਨਾਂ ਜਿਹੜੀਆਂ ਆ ਜਿਹੜੀਆਂ ਰਕਮਾਂ ਇੱਧਰ ਜਿਹੜੇ ਗੁਣਖੰਡਾਂ ਸਾਂਝੇ ਕੱਢੇ ਸੀ ਇਹਨਾਂ ਨੂੰ ਗੁਣਾ ਕਰਾਂਗੇ ਤੇ ਲਘੁਤਮ ਆਜੂਗਾ 2 2 4 3 12 36 4 144 5 720 ਤੇ ਜਦੋਂ ਬੇਟਾ ਇਹਨਾਂ ਨੂੰ ਸਾਰਿਆਂ ਨੂੰ ਗੁਣਾ ਕਰੋਗੇ ਤਾਂ 720 ਹੈ ਜਿਹੜਾ ਉਹ ਸਾਡੇ ਕੋਲੇ ਲਘੁਤਮ ਆਜੂ ਪਰ ਉਹ ਕਹਿੰਦਾ ਵੀ ਤਿੰਨ ਬਾਕੀ ਬਚਦਾ ਹੋਵੇ ਬੇਟਾ 720 ਤਾਂ ਇਹਨਾਂ ਰਕਮਾਂ ਨਾਲ ਪੂਰੇ-ਪੂਰੇ ਵੰਡੇ ਜਾਣਗੇ ਤਿੰਨ ਬਾਕੀ ਤਾਂ ਹੀ ਬਚੂਗਾ ਜੇ ਆਪਾਂ ਇਹਦੇ ਵਿੱਚ ਤਿੰਨ ਹੋਰ ਜੋੜ ਦਵਾਂਗੇ ਤਾਂ ਸਾਡਾ ਲੋੜਿੰਦਾ ਉੱਤਰ ਕੀ ਹੈਗਾ 723 ਤਾਂ ਆਪਾਂ ਦੇਖੋ ਬੇਟਾ ਇੱਕ ਨੰਬਰ ਆਲਟਰਨੇਟਿਵ ਹੈ ਜਿਹੜਾ ਉਹਦੇ ਵਿੱਚ 723 ਉੱਤਰ ਦਿੱਤਾ ਹੋਇਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਹੁਈਆਂ ਉਹ ਵੱਡੀ ਤੋਂ ਵੱਡੀ ਸੰਖਿਆ ਦੱਸੋ ਜਿਸ ਨੂੰ 2112 ਤੇ 2792 ਨੂੰ ਵੰਡਣ ਤੇ ਦੋਨੋਂ ਵਾਰ ਬਾਕੀ 4 ਬਚਦਾ ਹੋਵੇ ਤਾਂ ਬੇਟਾ ਅਸੀਂ ਕੀ ਕਰਾਂਗੇ ਦੋਵਾਂ ਦੇ ਵਿੱਚੋਂ 4-4 ਘਟਾ ਕੇ ਉਹਦਾ ਮਹੱਤਮ ਘਟਾ ਦੇਵਾਂਗੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਦੋਂ ਟਰਮ ਵੱਡੀ ਤੋਂ ਵੱਡੀ ਉਹ ਯੂਜ਼ ਕਰਦਾ ਆ ਤਾਂ ਇਹਦਾ ਮਤਲਬ ਹੱਤਮ ਦਾ ਸਵਾਲ ਹੁੰਦਾ ਪਰ 4 ਕਹਿੰਦਾ ਬਾਕੀ ਬਚਣਾ ਚਾਹੀਦਾ ਤਾਂ ਅਸੀਂ 20112 4 ਤੇ ਦੂਜੇ ਪਾਸੇ ਬੇਟਾ 2792 ਮਾਈਨਸ 4 ਕਰ ਦਾਂਗੇ ਤਾਂ ਬੇਟਾ ਇਹ ਆ ਗਿਆ 2108 2108 ਆ ਗਿਆ ਬੇਟਾ ਤੇ ਦੂਜੇ ਪਾਸੇ ਉਹਦੇ ਆਪਾਂ ਮਹਾਤਮ ਕੱਢਣਾ ਫਿਰ ਘਟਾ ਕੇ ਚਾਰ ਤਾਂ ਆ 2788 ਆ ਗਿਆ 2700 88 ਆ ਗਿਆ ਤਾਂ ਇਹਨੂੰ ਬੇਟਾ ਆਪਾਂ ਮਹੱਤਵ ਲੰਬੀ ਭਾਗ ਵਿਧੀ ਰਾਹੀਂ ਕੱਢਾਂਗੇ ਇਹ ਆ ਗਿਆ 21 2108 8ਾਂ ਚੋਂ 8 ਅੱਗੇ 0 8ਾਂ ਦੇ 8 7ਾਂ ਚੋਂ 1 ਅੱਗੇ 6 ਤਾਂ ਲਓ ਬੇਟਾ ਲੰਬੀ ਭਾਗ ਵਿਧੀ ਦੁਆਰਾ ਆਪਾਂ ਚੱਲ ਪਏ 2108 ਆ ਜਿਹੜੇ ਵਿੱਚ ਆ ਜਾਣੇ ਆ 680 ਤਿਆਂ ਇਹ ਤਿੰਨ ਤੇ ਜਾਊਗਾ ਬੇਟਾ ਅੰਦਾਜ਼ੇ ਨਾਲ ਆਪਾਂ ਦੇਖ ਲੈਣਾ 300 38243618 ਤੇ 22 8ਾਂ ਦੇ 8 ਦਸਾਂ ਚੋਂ 4 گئے 6 ਬਾਕੀ ਆ ਗੀਆਂ ਜ਼ੀਰੋਆਂ ਠੀਕ ਹੈ ਤਾਂ ਆ 680 ਨੂੰ ਬੇਟਾ ਆਪਾਂ ਵਿੱਚ ਰੱਖ ਲੈਣੇ ਆ 680 68 ਦਾ ਆ 680 ਤਾਂ ਬੇਟਾ ਬਾਕੀ ਜ਼ੀਰੋ ਆ ਗਈ ਹੁਣ ਇੱਥੇ 68 ਜਿਹਦੇ ਜਦੋਂ ਅਖੀਰ ਤੇ ਜ਼ੀਰੋ ਆ ਜਾਵੇ ਜਿਹੜਾ ਭਾਜਕ ਹੁੰਦਾ ਉਹ ਉੱਤਰ ਹੁੰਦਾ ਪੁੱਤ ਤਾਂ ਬੇਟਾ 68 ਉੱਤਰ ਆ ਗਿਆ ਇਹਦਾ ਮਹੱਤਮ ਸਮਾਵਰਤਕ ਤਾਂ 68 ਆ ਫਰਸਟ ਆਪਸ਼ਨ ਦੇ ਵਿੱਚ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ 68 ਨੰਬਰ ਨੂੰ ਠੀਕ ਹੈ ਬੇਟਾ ਤਾਂ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 23 ਤੇ ਬਾਕੀ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਇਹ ਵੀਡੀਓ ਦੇਖ ਕੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ